ਅੱਜ ਤੱਕ ਜ਼ਿੰਦਗੀ 'ਚ ਬੜੇ ਬੜੇ ਵੇਖੇ ਮੈਂ, ਵੱਡੇ ਵੱਡੇ ਬੈਲੀ ਨੀ ਚਪੇੜਾਂ ਨਾਲ ਸੇਕੇ ਮੈਂ। ਮੈਂ ਛੱਡੇ ਬਦਮਾਸ਼ੀ ਤਾਂ ਸ਼ਰੀਫ ਨਹੀਂ ਹੋ ਗਿਆ, ਕੱਢ ਦੇਵਾਂ ਮੂਤ ਜੀ ਦੇ ਸਾਹਮਣੇ ਖਲੋ ਗਿਆ। ਮੈਂ ਛੱਡਿਆ ਨੀ ਵੈਰੀ ਜਿਹੜਾ ਚੰਬਿਆ ਨੀ ਹੋਣਾ, ਮੇਰੇ ਖਿਆਲ ਨਾਲ ਤੂੰ ਤਾਂ ਜੰਮਿਆ ਨੀ ਹੋਣਾ। 3 ਸਾਲ ਸੋਨੀ ਮਾਨ ਨਾਲ ਕੰਮ ਕੀਤਾ, ਉਸ ਤੋਂ ਬਾਅਦ ਫਿਰ ਇੱਕਦਮ ਗੈਪ ਹੋ ਗਏ, ਕੀ ਕਾਰਨ ਦੇ? ਸੋਨੀ ਮਾਨ ਤੋਂ ਆਪਾਂ ਗੈਪ ਤਾਂ ਇੱਦਾਂ ਸਾਈਡ 'ਤੇ ਹੋ ਗਏ ਹਾਂ। ਸੋਨੀ ਮਾਨ ਵੱਲੋਂ ਆਪਾਂ ਕਾਗਜ਼ ਪੱਤਰ ਲੈਂਦੇ ਹਾਂ, ਸੋਨੀ ਮਾਨ ਤੋਂ ਛੱਡਤਾ ਆਪਾਂ, ਹੁਣ ਆਪਾਂ ਨਵੀਂ ਕੰਪਨੀ ਨਾਲ ਸਾਈਨ ਹੋ ਚੁੱਕੇ ਹਾਂ। ਜੋੜੀ ਤਾਂ ਇੱਦਾਂ ਟੁੱਟੀ ਆ, ਉਹ ਮੈਨੂੰ ਲੱਗਦਾ ਉਹ ਕੰਪਨੀ ਨੇ ਕੰਮ ਛੱਡਤਾ ਵਾ। ਹਾਂਜੀ, ਸੋਨੀ ਮਾਨ ਵੀ ਸਾਈਡ 'ਤੇ ਮੈਨੂੰ ਲੱਗਦਾ ਹੁਣ। ਕਾਰਨ ਕੀ ਹੋਇਆ ਜਦੋਂ 3 ਸਾਲ ਬਾਅਦ ਇੰਨਾ ਮਸ਼ਹੂਰ ਹੋਣ ਤੋਂ ਬਾਅਦ ਮੁੱਖ ਮੰਤਰੀ ਵੇਖਿਆ ਗਿਆ ਮੁਹੱਲਿਆਂ ਵਿੱਚ ਕਬਾੜ ਦੀ ਰੇਹੜੀ ਲਾ ਰਿਹਾ, ਕਬਾੜ ਇਕੱਠਾ ਕਰ ਰਿਹਾ? ਉਹ ਫਿਰ ਥੋੜ੍ਹੀ ਮਜਬੂਰੀ ਬਣਨੀ ਪੈਣੀ ਸੀ। ਸੋਨੀ ਮਾਨ ਨਾਲ ਕੀ ਹੋ ਗਈਆਂ ਇਸ ਦੀਆਂ ਮੁਸ਼ਕਿਲਾਂ ਹੋ ਗਈਆਂ ਵੀ ਸੋਨੀ ਮਾਨ ਤੋਂ ਬਿਲਕੁਲ ਹੀ ਤੁਸੀਂ ਕਿਨਾਰਾ ਕਰ ਗਏ ਕਿ ਸੋਨੀ ਮਾਨ ਤੁਹਾਡੇ ਤੋਂ ਕਿਨਾਰਾ ਕਰ ਗਈ? ਸੋਨੀ ਮਾਨ ਵੱਲੋਂ ਕਿਨਾਰਾ ਇੱਦਾਂ ਹੋ ਗਿਆ ਵਾ। ਸੋਨੀ ਮਾਨ ਮੈਨੂੰ ਲੱਗਦਾ ਵੀ ਉਹ ਕਹਿੰਦੇ ਸੀ ਤੈਨੂੰ ਖੜਾਂਗੇ, 2-4 ਮਹੀਨੇ ਘਰੇ ਲਾਇਆ, ਘਰਦਿਆਂ ਕੋਲ ਰਹਿ ਆ, ਤੈਨੂੰ ਖੜਾਂਗੇ, ਬਾਅਦ 'ਚ ਤੈਨੂੰ ਲੈ ਜਾਵਾਂਗੇ। ਅਤੇ ਪਹਿਲਾਂ ਥੋੜ੍ਹਾ ਚਿਰ ਫੋਨ ਚੁੱਕਦੇ ਰਹੇ, ਕਰਦੇ ਰਹੇ ਗੱਲਾਂ, ਬਾਅਦ 'ਚ ਫੋਨ ਨਹੀਂ ਚੁੱਕਿਆ ਸੋਨੀ ਮਾਨ ਹੋਣਾ। ਅਤੇ ਬਾਅਦ 'ਚ ਫਿਰ ਆਉਂਦੇ ਤੈਨੂੰ ਖੜਾਂਗੇ ਖੜਾਂਗੇ, ਬਾਅਦ 'ਚ ਉੱਧਰੋਂ ਫਿਰ ਜਵਾਬ ਹੀ ਲੈਣ ਦਾ, ਫਿਰ ਉੱਧਰੋਂ ਕਾਗਜ਼ ਪੱਤਰ ਲੈਂਦੇ, ਉਹ ਨਵੀਂ ਕੰਪਨੀ ਨੇ ਆਪਾਂ ਨੂੰ ਸਾਈਨ ਕਰ ਲਿਆ, ਆਪਾਂ ਨੂੰ ਥੋੜ੍ਹਾ ਦੌਰਾ ਪੈ ਜਾਂਦਾ। ਹਾਂਜੀ, ਮਿਰਗੀ ਦਾ ਆਪਾਂ ਨੂੰ ਹੈਗਾ ਥੋੜ੍ਹਾ ਜਿਹਾ। ਹਾਂਜੀ, ਉਹ ਆਪਾਂ ਮਿਰਗੀ ਪੈ ਜਾਂਦਾ ਦੌਰਾ, ਉਹ ਮੈਨੂੰ ਥੋੜ੍ਹੀ ਪਤਾ ਲੱਗਦਾ ਜਦੋਂ ਇੱਦਾਂ ਕਾਰਨ ਬਣਦਾ ਕੀ ਹੋ ਜਾਂਦਾ। ਜਗ੍ਹਾ ਨਹੀਂ ਸੀ ਰੈਪ ਦੀ ਕੋਈ ਵੀ, ਤਾਂ ਅਸੀਂ ਉਹ ਡਾਇਰੈਕਟ ਹੀ ਕਰ ਰਹੇ, ਤਾਂ ਹੋਇਆ ਕਿ ਉੱਧਰੋਂ ਨਾ ਅਸੀਂ ਬੈਠੇ ਬੈਠੇ ਦਿਲਬਾਗ ਭਾਅ ਜੀ ਕਹਿੰਦੇ ਯਾਰ ਦੇਖ, ਮਤਲਬ ਬੰਦਾ ਯਾਰ ਆਇਆ ਅਤੇ ਉਹ ਕਬਾੜ ਵੇਚ ਰਿਹਾ ਬੰਦਾ ਉਹ, ਅਤੇ ਭਾਅ ਜੀ ਕਹਿੰਦੇ ਕਿਉਂ ਨਾ ਆਪਾਂ ਲੈ ਲਈਏ ਯਾਰ, ਨਾਲੇ ਉਹਦੀ ਸਪੋਰਟ ਹੋ ਜੂਗੀ ਬੰਦੇ ਦੀ। ਹੁਣ ਇਹਦੀ ਜਿਹੜੀ ਬਾਂਹ ਫੜੀ ਤੁਸੀਂ ਮੁੱਖ ਮੰਤਰੀ ਦੀ, ਸਾਰੀ ਉਮਰ ਵਾਸਤੇ ਫੜੀ ਹੈ ਜਾਂ ਕੁਛ ਸਮੇਂ ਵਾਸਤੇ? ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦਾ ਇੱਕ ਆਪਣਾ ਸਟੇਟਸ ਹੋਵੇ ਵੱਖਰਾ, ਇਹਨਾਂ ਦਾ ਆਪਣਾ ਇੱਕ ਨਾਮ ਰੁਤਬਾ ਬਣੇ, ਅਤੇ ਕੱਲ੍ਹ ਨੂੰ ਲੋਕ ਇਹਨਾਂ ਨੂੰ ਸ਼ੋਅ ਦੇ ਲਈ, ਲਾਈਵ ਸ਼ੋਅ ਦੇ ਲਈ ਅਪਰੋਚ ਕਰਨ, ਤਾਂ ਮੈਂ ਉਮੀਦ ਕਰਦਾ ਕਿ ਉਹਨਾਂ ਦਾ ਬਹੁਤ ਅੱਛਾ ਨਾਮ ਬਣੇ, ਅਤੇ ਮੈਂ ਕੋਸ਼ਿਸ਼ ਵੀ ਕਰੂੰਗਾ ਉਹਨਾਂ ਨੂੰ ਵੀ ਨਾ ਸਟੇਜ ਸ਼ੋਅ ਲਾਉਣ, ਮੇਰੇ ਨਾਲ ਸਟੇਜ 'ਚ ਪਰਫੋਰਮ ਕਰਨ, ਅਤੇ ਉਹਨਾਂ ਦਾ ਅਲੱਗ ਮੁੱਲ ਪਵੇ, ਪਰਮਾਤਮਾ ਉਹਨਾਂ ਦੀ ਮਿਹਨਤ ਨੂੰ ਰੰਗ ਭਾਗ ਲਾਵੇ। ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਮੁੱਖ ਮੰਤਰੀ ਧਮਕਬੇਸ ਵਾਲੇ ਨਾਲ, ਜਿਹੜਾ ਕਿ ਬੀਤੇ ਸਾਲਾਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਵਿੱਚ ਚਰਚਾ ਦਾ ਵਿਸ਼ੇ ਬਣਿਆ ਸੀਗਾ, ਕੁਛ ਸਮੇਂ ਸੋਸ਼ਲ ਮੀਡੀਆ ਤੋਂ ਥੋੜ੍ਹਾ ਪਰੇ ਰਹੇ ਸੀਗੇ, ਅਤੇ ਹੁਣ ਦੁਬਾਰਾ ਫਿਰ ਤੋਂ ਸੋਸ਼ਲ ਮੀਡੀਆ ਵਿੱਚ ਛਾਉਣ ਦੀਆਂ ਤਿਆਰੀਆਂ ਕਰ ਰਹੇ ਨੇ, ਤਾਂ ਗੱਲਬਾਤ ਕਰ ਰਹੇ ਨੇ ਮੁੱਖ ਮੰਤਰੀ ਧਮਕਬੇਸ ਵਾਲੇ ਨਾਲ, ਕੀ ਕਹੋਗੇ ਜੀ? 3 ਸਾਲ ਸੋਨੀ ਮਾਨ ਨਾਲ ਕੰਮ ਕੀਤਾ, ਉਸ ਤੋਂ ਬਾਅਦ ਫਿਰ ਇੱਕਦਮ ਗੈਪ ਹੋ ਗਏ, ਕੀ ਕਾਰਨ ਦੇ? ਹਾਂਜੀ, ਗੈਪ ਹੋਣ ਦਾ ਕਾਰਨ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ, ਆਪਾਂ ਦੈਨਿਕ ਸਵੇਰਾ TV ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਹਨਾਂ ਆਪਣੇ ਸੋਹਣੇ ਆਪਣੇ ਇੰਟਰਵਿਊ ਕਰਨ ਜਾ ਰਿਹਾ। ਹਾਂਜੀ, ਸੋਨੀ ਮਾਨ ਤੋਂ ਆਪਾਂ ਗੈਪ ਤਾਂ ਇੱਦਾਂ ਸਾਈਡ 'ਤੇ ਹੋ ਗਏ ਹਾਂ, ਸੋਨੀ ਮਾਨ ਵੱਲੋਂ ਆਪਾਂ ਕਾਗਜ਼ ਪੱਤਰ ਲੈਂਦੇ ਹਾਂ, ਸੋਨੀ ਮਾਨ ਤੋਂ ਛੱਡਤਾ ਆਪਾਂ, ਹੁਣ ਆਪਾਂ ਨਵੀਂ ਕੰਪਨੀ ਨਾਲ ਸਾਈਨ ਹੋ ਚੁੱਕੇ ਹਾਂ। 3 ਸਾਲ ਸੋਨੀ ਮਾਨ ਨਾਲ ਤੁਸੀਂ ਰਹੇ ਹੋ, ਰੈਪ ਕੀਤੇ ਆ, ਕਾਫੀ ਜ਼ਿਆਦਾ ਮਸ਼ਹੂਰ ਵੀ ਹੋ ਗਏ ਸੀਗੇ, ਅਤੇ ਕੀ ਕਾਰਨ ਰਹੇ ਵੀ ਸੋਨੀ ਮਾਨ ਨਾਲ ਜੋੜੀ ਟੁੱਟ ਗਈ? ਹਾਂਜੀ, ਜੋੜੀ ਤਾਂ ਇੱਦਾਂ ਟੁੱਟੀ ਆ, ਉਹ ਮੈਨੂੰ ਲੱਗਦਾ ਉਹ ਕੰਪਨੀ ਨੇ ਕੰਮ ਛੱਡਤਾ ਵਾ। ਹਾਂਜੀ, ਸੋਨੀ ਮਾਨ ਵੀ ਸਾਈਡ 'ਤੇ ਮੈਨੂੰ ਲੱਗਦਾ ਹੁਣ, ਅਤੇ ਕੰਪਨੀ ਵਾਲੇ ਵੀ ਮੈਨੂੰ ਲੱਗਦਾ ਸਾਈਡ 'ਤੇ ਆ, ਮੈਨੂੰ ਲੱਗਦਾ ਕੰਪਨੀ ਉਹਨਾਂ ਦੀ ਬੰਦ ਹੋ ਗਿਆ ਕੰਮ, ਅਤੇ ਹੁਣ ਆਪਾਂ ਕੰਪਨੀ ਦਾ ਬਹੁਤ ਧੰਨਵਾਦ ਕਰਦੇ ਪਿਛਲੀ ਕੰਪਨੀ ਦਾ ਵੀ, ਜਿਹਨਾਂ ਆਪਣੇ ਵਧੀਆ ਵਧੀਆ ਸੌਂਗ ਕੀਤੇ ਆ, ਆਪਣੇ ਵਧੀਆ ਵਧੀਆ ਰੈਪ ਕੀਤੇ ਆ, ਹੁਣ ਆਪਾਂ ਨਵੀਂ ਕੰਪਨੀ ਦਾ ਜੌਲ ਬਾਜਵਾ ਪ੍ਰੋਡਕਸ਼ਨ ਨਾਲ ਸਾਈਨ ਹੋ ਚੁੱਕੇ ਹਾਂ, ਉਹ ਨਵੀਂ ਕੰਪਨੀ ਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣੇ ਨਵੇਂ ਸੌਂਗ ਲੈ ਕੇ ਆ ਰਹੇ ਆ। ਖੁੰਡ ਪੁਰਾਣੀ ਕਹਿੰਦੇ ਆ ਰਿਹਾ ਨਵਾਂ ਸੌਂਗ 20 ਤਰੀਕ ਨੂੰ, ਕੱਲ੍ਹ ਜਿਹੜਾ ਕਿ ਉਸ ਵਿੱਚ ਰੈਪ ਜਿਹੜਾ ਕੀਤਾ ਉਹ ਕੀ ਹੈ ਰੈਪ ਕੀ? ਹਾਂਜੀ, ਉਹ ਆਪਣਾ ਰੈਪ ਇੱਦਾਂ ਵਾ, ਪੁਰਾਣਾ ਖੁੰਡ ਆਪਣਾ ਗਹਿਰੀ ਮੰਡੀ ਵਾਲੇ ਬਾੜ ਸਾਹਿਬ ਨੇ ਲਿਖਿਆ ਸੌਂਗ, ਉਹ 'ਚ ਆਪਣਾ ਰੈਪ ਆ, ਆਪਣਾ ਰੈਪ ਇੱਦਾਂ, ਅੱਜ ਤੱਕ ਜ਼ਿੰਦਗੀ 'ਚ ਬੜੇ ਬੜੇ ਵੇਖੇ ਮੈਂ, ਵੱਡੇ ਵੱਡੇ ਬੈਲੀ ਨੀ ਚਪੇੜਾਂ ਨਾਲ ਸੇਕੇ ਮੈਂ। ਮੈਂ ਛੱਡੇ ਬਦਮਾਸ਼ੀ ਤਾਂ ਸ਼ਰੀਫ ਨਹੀਂ ਹੋ ਗਿਆ, ਕੱਢ ਦੇਵਾਂ ਮੂਤ ਜੀ ਦੇ ਸਾਹਮਣੇ ਖਲੋ ਗਿਆ। ਮੈਂ ਛੱਡਿਆ ਨੀ ਵੈਰੀ ਜਿਹੜਾ ਚੰਬਿਆ ਨੀ ਹੋਣਾ, ਮੇਰੇ ਖਿਆਲ ਨਾਲ ਤੂੰ ਤਾਂ ਜੰਮਿਆ ਨੀ ਹੋਣਾ। ਹਾਂਜੀ, ਗਾੜੀ ਤੁਹਾਨੂੰ ਰੈਪਰ ਤਾਂ ਬੜੇ ਦੇਖੇ ਪਰ ਸਟਾਈਲ ਵੱਖਰਾ ਜਿਹਾ ਤੁਸੀਂ ਯੂਜ਼ ਕਰਦੇ ਹੋ? ਹਾਂਜੀ, ਸਟਾਈਲ ਤਾਂ ਚਲੋ ਆਪਣੇ ਵੱਖਰਾ, ਮਹਾਰਾਜ ਦੀ ਕਿਰਪਾ ਵਾ। ਹਾਂਜੀ, ਸਟਾਈਲ ਆਪਣੇ ਕੁਦਰਤ ਵੱਲੋਂ ਆਉਂਦੇ ਆ। ਹਾਂਜੀ, ਕਾਰਨ ਕੀ ਹੋਇਆ ਜਦੋਂ 3 ਸਾਲ ਬਾਅਦ ਇੰਨਾ ਮਸ਼ਹੂਰ ਹੋਣ ਤੋਂ ਬਾਅਦ ਮੁੱਖ ਮੰਤਰੀ ਵੇਖਿਆ ਗਿਆ ਮੁਹੱਲਿਆਂ ਵਿੱਚ ਕਬਾੜ ਦੀ ਰੇਹੜੀ ਲਾ ਰਿਹਾ, ਕਬਾੜ ਇਕੱਠਾ ਕਰ ਰਿਹਾ? ਹਾਂਜੀ, ਕਬਾੜ ਤਾਂ ਆਪਣਾ, ਕਬਾੜ ਦਾ ਕੰਮ ਆਪਣੇ ਡੈਡੀ ਕਰਦੇ ਸੀ, ਉਹ ਆਪਣੇ ਮਜ਼ਦੂਰੀ ਦਾ ਕੰਮ ਕਰਦੇ, ਆਪਣੀ ਮਜ਼ਦੂਰੀ ਕਰਦੇ ਆ, ਅਤੇ ਉਹ ਚਲੋ ਪੜ੍ਹੇ ਲਿਖੇ ਨਹੀਂ ਆ, ਉਹ ਨਾ ਹੋਰ ਆਪਣਾ ਨੌਕਰੀ ਚਲੋ ਕੀ ਕਰਨੀ ਹੈ, ਅਤੇ ਆਪਾਂ ਫਿਰ
जो पुरानी कंपनियों को आप घर आए हैं रहन बहन घरद्यान मिलना तो फिर आप घरद्या का काम कार कर जाइए है बार पैली बने का ना आप भी दिहाड़ी दप्पा करीदा है तो फिर नाल कबाड़ का काम कर जाइए फेरा लाना फिर पाया तो फिर थोड़ी मजबूरी बननी पैनी ही पर महसूस नहीं होया भी तीन साल इन्हों नामना खट के उस तो बाद कबाड़ की फेरी ला रहा मुख्यमंत्री। हाँ जी हाँ जी नहीं नहीं आप नहीं कोई टेंशन हुई उदो आप कबाड़ का काम किया वधिया नज़ारा है जी तो हूँ अगों की बनने की इच्छा की ख्वाब की ने जिंदगी की तमन्ना की है। हाँ जिंदगी की तमन्ना तो यह ही है चलो अपना रैपर वाला काम चलता जाए महाराज सौंग करी जाए। हाँ जी और कुछ खास कोई फिल्मों में शॉर्ट फिल्मों में भी कर जा रहे हो काम? हाँ जी अपनी शॉर्ट फिल्म अपनी एक हुई है शूट अपनी अपने जौल बाजवा प्रोडक्शन पंजाब टू प्रदेश चैनल उन्होंने अपनी शॉर्ट मूवी की गई है नशे के विरुद्ध। हाँ जी उस अमली का किया अमली बने आप बने रुमाल के बाल खिलारे पछा अमली का रूप बने में हाँ जी उस भी आप दसिया भी नशे का की हालात होंगे नशे का फिर की कारण बनता वा नशे किदा करीद की हों फिर नशे के नाल की बंदे की जिंदगी बनती है वह सारा दसिया बच्चे। हाँ जी वो कोई स्नेहा कोई डायलॉग कोई हो कोई जी फिल्म तुम कर जा रहे हो दस दौ। हाँ जी डायलॉग तो चेते नहीं डायलॉग तुम फिल्म च सुन गए कि हाँ जी और अपने नशे के विरुद्ध अपने को एक कविता हैगी है। हाँ जी वो इदा वा भैड़े नशे के कोलो रहना दूर साथियों ये दिमाग बच्चे पाते न फतूर साथियों कोई पीता है शराब कोई पीवे पिया पंग उन्होंने घर बच्च रही भुख नंग जड़े इन्हों रे मखमूर साथी भैड़े नचे हाँ दे कोलो रहना दूर साथी गो भैड़े नचे हाँ दे कोलो रहना दूर साथी गो एक होवे बदनामी दूजा करदा उजाड़ा ए भी बंदा हर थां ते पाई रखदा पवाड़ा कोई हुंदा नहीं इन्हों का भी दस दूर साथी गो भैड़े नचे हाँ दे कोलो रहना दूर साथी गो भैड़े नशे हाँ दे कोलो रहना दूर साथी गो नशे च गलतान ने नौजवान उन्होंने की खास सुनेहा देना चाहोगे? हाँ जी नशे का सुनेहा तो यही है भी नशे तो दूर रहो नशे ना करो नशे सुट के पर सैड से सुटो अपना होर कोई नशा कोई चंगा नशा करो कमाई करो महाराज का ना लो अपना गुरबाणी पढ़ो। हाँ जी हम बार साहब न जुड़े हो की कहना चाहते किस तरह हूँ लग रहा? हाँ जी बार साहब न जुड़े आप बहुत वधिया लगन दिया बार साहब ने अपना सौंग आ रहा पुराना खुंड। हाँ जी सोनी मान ना की हो गई इस मुश्किल हो गई भी सोनी मान तो बिल्कुल ही किनारा करके कि सोनी मान तो किनारा कर गई। हाँ जी सोनी मान लो किनारा इदा हो गया वा सोनी मान मैनू लगता भी वो कहें तेन खड़ांगे दो चार महीने घर लाया घरद्या को रह तेन खड़ांगे बाद तेन लै जाएंगे तो पहला थोड़ा चिर फोन चुकते रहे करते रहे गल बाद फोन नहीं चुकया सोनी मान ने तो बाद फिर आते तेन खड़ांगे खड़ांगे बाद उधरों फिर जवाब ही लैन फिर उधरों कागज पत्र लैन दे नवी कंपनी ने अपन सैन कर लिया। गल सुनी सी तो तबीयत ठीक नहीं रही थोड़ी? हाँ जी तबीयत अपनी इदा वा आप थोड़ा दौरा पै जाता। हाँ जी मिर्गी मिर्गी का आपू है थोड़ा जहा। हाँ जी वो अपन मिर्गी पै जाता दौरा तो मैनू थोड़ी पता लगता जो इदा कारण बनता की हो जाता वो जरा लागे बंदा खलोता होने पता हों कई यार तू पछा डिग जाना हाथ पैर ज खिलारदा मैनू दौरा पै जाता ना मिर्गी का पहला तो पहला बड़ा दो साल पहला मेरे मूँह चो खून आता हों अपना इदा झग आँदी होंगी मूँह चो वो तो हूँ फर्क है हूँ चलो दवाई दो तीन साल खाधी है हूँ होर दवाई चल रही है एक कोर्स करना पैना दवाई लगातार खानी पैनी है जौल बाजवा प्रोडक्शन कंपनी वालों भी अपना इलाज कराया जाए। उम्मीदा ने तुम हूँ जौल बाजवा कंपनी जुड़े हो बाठ नाल ते किन्ने क उम्मीदा ने? हाँ जी उम्मीदा तो बहुत आ। हाँ जी जौल बाजवा कंपनी अपन बहुत सारिया खुशियां दे रही है जौल बाजवा कंपनी वालों अपने वधिया वधिया सौंग फिल्म आ रहे हैं संघा साहब कलाकार जिहड़े तिखी पग बंदे आ उन्होंने अपना शॉर्ट मूवियां आ रही सौंग आ रहे हैं। हाँ जी चलो साढ़े भी यही तुम उम्मीदा आसन भी तुम फिर एक बार सोशल मीडिया से पूरी तरह छा जाओ। हाँ जी छा जाएंगे आप छाए पे हाँ महाराज कृपा रखे महाराज सारा का भला करे जे आप लाइक पसंद शेयर करते हैं। हाँ जी महाराज सारा तरक्या बख्शे। बिल्कुल जी इन्हें मुख्यमंत्री तमक बेस से बाठ भाजी गल कर लें भाजी की कहोगे जो मुख्यमंत्री दोबारा प्लेटफॉर्म मुहैया करवा जा रहे देखो पहले तो धन्यवाद दैनिक सवेरा वालों का जिन्होंने एक मौका दिता मैं गलबात कर इदा देखो मुख्यमंत्री साहब दोबारा साढ़े नाल आ रहे हैं कम बैक कर रहे हैं तो मैं बड़ी उम्मीद है कि तुम सारे पसंद करोगे प्यार देंगे सारे लोग पसंद करेंगे मैं इस चीज़ की पूरी उम्मीद है क्योंकि परमात्मा किसी की मेहनत में भाग जरूर लाता है क्योंकि मैंने भी बहुत टाइम हो गया तो उन्होंने भी चार ने बहुत मेहनत की है उम्मीद करदा कि परमात्मा जरूर भाग लाऊगा इन्हों तो लोग क्योंकि इस बार जो मुख्यमंत्री का रैप है ना वो बड़ा डेंजर रैप है वखरा रैप है थोड़ा जहा
ਵੱਖਰੀ ਚੀਜ਼ ਲੈ ਕੇ ਆਏ ਨੇ ਉਹ ਬਿਲਕੁਲ ਅਸੀਂ ਝਲਕ ਸੁਣੀ ਉਹਨਾਂ ਦੀ ਬੜੀ ਵੱਖਰੀ ਚੀਜ਼ ਬੋਲਦੇ ਨੇ ਉਹ ਇੱਕ ਸਟਾਈਲ ਬੜਾ ਵੱਖਰਾ ਬੋਲਣ ਦਾ ਕਿਆ ਤੁਸੀਂ ਅਪਰੋਚ ਕੀਤੀ ਸੀ ਜਾਂ ਮੁੱਖ ਮੰਤਰੀ ਨੇ ਤੁਹਾਨੂੰ ਅਪਰੋਚ ਕੀਤੀ ਉਹ ਇੱਦਾਂ ਸੀ ਨਾ ਉਹ ਅਪਰੋਚ ਚਲੋ ਕਿਸੇ ਨੇ ਕੀਤੀ ਅਸੀਂ ਕਰ ਲਈ ਉਹਨਾਂ ਨੇ ਕਰ ਲਈ ਗੱਲ ਵੈਸੇ ਅਸੀਂ ਕੀਤੀ ਸੀਗੀ ਹੋਇਆ ਸੀਗਾ ਮੈਂ ਤਾਂ ਮੇਰੇ ਨਾਲ ਦਿਲਬਾਗ ਭਾਅ ਜੀ ਨੇ ਅਸੀਂ ਬੈਠੇ ਸੀ ਗੱਲ ਕਰ ਰਹੇ ਸੀ ਗਾਣੇ ਦੀ ਰਿਕਾਰਡਿੰਗ ਸਾਡੀ ਰਿਕਾਰਡਿੰਗ ਸੀਗੀ ਉਹ ਇਸੇ ਗਾਣੇ ਦੀ ਤਾਂ ਜਗ੍ਹਾ ਨਹੀਂ ਸੀ ਰੈਪ ਦੀ ਕੋਈ ਵੀ ਤਾਂ ਅਸੀਂ ਉਹ ਡਾਇਰੈਕਟ ਹੀ ਕਰ ਰਹੇ ਤਾਂ ਹੋਇਆ ਕਿ ਉੱਧਰੋਂ ਨਾ ਅਸੀਂ ਬੈਠੇ ਬੈਠੇ ਦਿਲਬਾਗ ਭਾਅ ਜੀ ਕਹਿੰਦੇ ਯਾਰ ਦੇਖ ਮਤਲਬ ਬੰਦਾ ਯਾਰ ਆਇਆ ਅਤੇ ਉਹ ਕਬਾੜ ਵੇਚ ਰਿਹਾ ਬੰਦਾ ਉਹ ਅਤੇ ਭਾਅ ਜੀ ਕਹਿੰਦੇ ਕਿਉਂ ਨਾ ਆਪਾਂ ਲੈ ਲਈਏ ਯਾਰ ਨਾਲੇ ਉਹਦੀ ਸਪੋਰਟ ਹੋ ਜੂਗੀ ਬੰਦੇ ਦੀ ਤਾਂ ਨਾਲੇ ਤਾਂ ਮਿਹਨਤ ਨਾ ਦਿੱਤਾ ਇੱਥੋਂ ਗੱਲ ਚੱਲੀ ਸੀਗੀ ਅਤੇ ਮੈਂ ਕਿਹਾ ਚਲੋ ਭਾਅ ਜੀ ਆਪਾਂ ਫਿਰ ਕਰ ਲੈਂਦੇ ਹਾਂ ਗੱਲ ਅਤੇ ਫਿਰ ਆਪਾਂ ਦਲਜੀਤ ਭਾਅ ਨਾਲ ਗੱਲ ਕੀਤੀ ਉਹ ਕਹਿੰਦੇ ਦੇਖ ਲਓ ਮੈਂ ਕਿਹਾ ਤੁਸੀਂ ਗਾਣਾ ਮਿਕਸ ਕੀਤਾ ਤੁਹਾਨੂੰ ਥੋੜ੍ਹਾ ਖੋਲੋ ਫਿਰ ਅਜੇ ਅਤੇ ਆਪਾਂ ਫਿਰ ਇੱਧਰ ਰੈਪ ਕਰ ਲਈਏ ਫਿਰ ਇਹਨਾਂ ਗੱਲ ਕੀਤੀ ਗਈ ਫਿਰ ਇਹਨਾਂ ਨੇ ਦੱਸਿਆ ਕਿ ਜੌਲ ਬਾਜਵਾ ਪ੍ਰੋਡਕਸ਼ਨ ਦੇ ਨਾਲ ਬੌਂਡ ਐਗਰੀਮੈਂਟ ਹੋਇਆ ਉਹਨਾਂ ਦਾ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਉਹਨਾਂ ਨਾਲ ਕਨੈਕਟ ਕਰਕੇ ਫਿਰ ਰੈਪ ਲਿਖਣ ਦੀ ਜ਼ਿੰਮੇਵਾਰੀ ਸੀ ਫਿਰ ਮੈਂ ਲਿਖਿਆ ਗਾਣੇ ਦੇ ਵਰਡਿੰਗ ਦੇ ਅਕੋਰਡਿੰਗ ਫਿਰ ਬੰਦੇ ਨੇ ਰੈਪ ਕੀਤਾ ਤਾਂ ਫਾਈਨਲੀ ਸਾਰਾ ਪ੍ਰੋਜੈਕਟ ਬਣਾ ਕੇ ਤੁਹਾਡੇ ਫਿਰ ਵੀਡੀਓ ਸ਼ੂਟ ਆਇਆ ਵੀਡੀਓ ਸ਼ੂਟ ਤੋਂ ਬਾਅਦ ਫਾਈਨਲੀ ਜਿਹੜਾ ਪ੍ਰੋਜੈਕਟ ਆ ਸਾਡਾ ਕੰਪਲੀਟ ਹੋ ਗਿਆ ਹੁਣ 20 ਨੂੰ ਜਨਤਾ ਦੀ ਕਚਹਿਰੀ 'ਚ ਆ ਜਾਣਾ ਤਾਂ ਹੁਣ ਪਰਮਾਤਮਾ ਕਿਰਪਾ ਨਾ ਬੜਾ ਵੱਖਰਾ ਜਿਹਾ ਤੁਸੀਂ ਵੀ ਰੱਖਿਆ ਖੁੰਡ ਪੁਰਾਣੀ ਹਾਂ ਬਿਲਕੁਲ ਇਹ ਨਾ ਵਧੀਆ ਵੀ ਹੋ ਜਾਣ ਇਹ ਤਾਂ ਨਾ ਸੁਭਾਵਿਕ ਹੀ ਬਣਿਆ ਸਾਡਾ ਇੱਕ ਵੀਰ ਹੈ ਟਿੱਕਾ ਨੌਰਵੇ ਤਾਂ ਉਹਦੀ ਗੱਲ ਕਰਦੇ ਕਰਦੇ ਮੈਨੂੰ ਕਿਸੇ ਨੇ ਕਹਿੰਦੇ ਬੜਾ ਪੁਰਾਣਾ ਖੁੰਡ ਆ ਸਾਡਾ ਯਾਰ ਆ ਕੋਈ ਯਾਰ ਬੜਾ ਪੰਜਾਬੀ ਦਾ ਬੜਾ ਐਪਰੋਪ੍ਰੀਏਟ ਵਰਡ ਹੈ ਖੁੰਡ ਹਾਂ ਅਸ਼ੋਰ ਅਤੇ ਉਹਦੀ ਗੱਲ ਕਰਦੇ ਕਰਦੇ ਨਾ ਉੱਥੇ ਮੇਰੇ ਦਿਮਾਗ 'ਚ ਆਇਆ ਫਿਰ ਫਿਰ ਉਹਨੇ ਤਾਂ ਬੇਸ 'ਤੇ ਗਾਣਾ ਲਿਖਿਆ ਸੀ ਖੁੰਡ ਪੁਰਾਣਾ ਮੇਰਾ ਬੜਾ ਵਧੀਆ ਯਾਰ ਹੈ ਤਾਂ ਉਮੀਦ ਉਹਦਾ ਨਾਮ ਚਲਾ ਦਿਓ ਮੇਰੇ ਭਰਾ ਦਾ ਬੜਾ ਖੁਸ਼ ਹੋਊਗਾ ਦੋ ਚਾਰ ਲੈਣਾ ਉਹਦੀਆਂ ਸੁਣਾ ਵੀ ਦਿਓ ਹਾਂ ਜਿਹਨੂੰ ਸੂਰਜ ਵੀ ਕਰਦਾ ਸਲਾਮਾਂ ਬਲੀਏ ਕਦਮਾਂ 'ਚ ਝੁਕਦੀਆਂ ਸ਼ਾਮਾਂ ਬਲੀਏ ਚੰਗੀ ਤਰ੍ਹਾਂ ਜਾਣਦਾ ਜਮਾਨਾ ਯੱਟ ਨੂੰ ਝੂਠਾ ਨਹੀਂ ਓ ਆਉਂਦਾ ਕੋਈ ਬਹਾਨਾ ਯੱਟ ਨੂੰ ਜੋ ਵੀ ਕਰੇ ਜਦੋਂ ਕਰੇ ਸ਼ਰੇਆਮ ਜੱਟੀਏ ਖੁੰਡਿਆ ਪੁਰਾਣਾ ਤੇਰਾ ਯਾਰ ਜੱਟੀਏ ਖੁੰਡਿਆ ਪੁਰਾਣਾ ਤੇਰਾ ਯਾਰ ਜੱਟੀਏ ਬਾਲੀਵੁੱਡ ਫਿਲਮਾਂ ਵਿੱਚ ਪੰਜਾਬੀ ਗਾਣੇ ਦੇ ਤੜਕੇ ਲੱਗਦੇ ਨੇ ਅਤੇ ਹੁਣ ਸਮਝ ਦਿਓ ਵੀ ਪੰਜਾਬੀ ਗਾਣੇ ਵਿੱਚ ਹੁਣ ਇਹਦੇ ਮੁੱਖ ਮੰਤਰੀ ਦੇ ਜਿਹੜੇ ਰੈਪ ਦੇ ਤੜਕੇ ਲੱਗਣ ਜਾ ਰਹੇ ਨੇ ਬਿਲਕੁਲ ਜੀ ਮੈਂ ਤਾਂ ਉਮੀਦ ਕਰਦਾ ਕਿ ਬਾਲੀਵੁੱਡ ਜਾਵੇ ਮੇਰਾ ਭਰਾ ਸਾਡੇ ਪੰਜਾਬੀ ਲਈ ਹੋਰ ਇਹ ਤੋਂ ਵੱਡੀ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ ਪਰਮਾਤਮਾ ਲਈ ਮੇਰਾ ਭਰਾ ਮੁੱਖ ਮੰਤਰੀ ਬਾਲੀਵੁੱਡ ਜਾਵੇ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਸਾਰੇ ਸਿੰਗਰ ਹੀ ਗਾਉਣ ਯਾਰ ਕਿ ਹਰ ਬੰਦੇ ਨੂੰ ਜਿਹੜੀ ਉਹ ਉਚਾਈ ਮਿਲਣੀ ਚਾਹੀਦੀ ਹੈ ਬਿਲਕੁਲ ਤਾਂ ਹੱਕ ਹੈ ਪਰਮਾਤਮਾ ਕਿੰਨੇ ਕੁ ਉਮੀਦਾਂ ਨੇ ਜੀ ਖੁੰਡ ਪੁਰਾਣੀ ਜਿਹੜਾ ਤੁਸੀਂ ਹੁਣ ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਦੇਖੋ ਜੀ ਉਮੀਦਾਂ ਤਾਂ ਹਰ ਇੱਕ ਨੂੰ ਹੀ ਹੁੰਦੀਆਂ ਨੇ ਬਹੁਤ ਬਹੁਤ ਜ਼ਿਆਦੀਆਂ ਉਮੀਦਾਂ ਨੇ ਹੁਣ ਇਹਦੀ ਜਿਹੜੀ ਬਾਂਹ ਫੜੀ ਤੁਸੀਂ ਮੁੱਖ ਮੰਤਰੀ ਦੀ ਸਾਰੀ ਉਮਰ ਵਾਸਤੇ ਫੜੀ ਹੈ ਜਾਂ ਕੁਝ ਸਮੇਂ ਵਾਸਤੇ ਦੇਖੋ ਤੁਸੀਂ ਵਧੀਆ ਸਵਾਲ ਕੀਤਾ ਮੈਂ ਕਹਿੰਦਾ ਦੇਖੋ ਇੱਦਾਂ ਹੁੰਦਾ ਆ ਸਾਡੇ ਜੋ ਲੋਕ ਨੇ ਨਾ ਸਰੋਤੇ ਨੇ ਬੜੇ ਸਮਝਦਾਰ ਨੇ ਉਹ ਪਤਾ ਕੀ ਸੋਚਦੇ ਨੇ ਕਈ ਵਾਰ ਕੁਛ ਇਹ ਸੋਚਦੇ ਨੇ ਕਿ ਬੰਦੇ ਦਾ ਗਾਣਾ ਆ ਗਿਆ ਤਾਂ ਪਤਾ ਨਹੀਂ ਉਹਨੇ ਉਹ ਕਿੱਦਾਂ ਅਮੀਰ ਹੋ ਗਿਆ ਇੱਦਾਂ ਨਹੀਂ ਹੁੰਦਾ ਅਕਸਰ 'ਚ ਹਰ ਬੰਦੇ ਦੀ ਜੋ ਸਟਾਰ ਬਣਦਾ ਵੀ ਉਹਦੇ ਪਿੱਛੋਂ ਦੀ ਮਿਹਨਤ ਕਰਨੀ ਹੀ ਪੈਂਦੀ ਹੈ ਹਾਂ ਜੇ ਮੇਰਾ ਕੱਲ੍ਹ ਨੂੰ ਗੀਤ ਚੱਲਦਾ ਮੈਨੂੰ ਸ਼ੋਅ ਲਾਉਣੇ ਪੈਣਗੇ ਤਾਂ ਮੈਂ ਆਪਣੀ ਰੋਜ਼ੀ ਰੋਟੀ ਕੇ ਕਮਾ ਸਕਦਾ ਤਾਂ ਉਮੀਦ ਕਰਦਾ ਕਿ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦਾ ਇੱਕ ਆਪਣਾ ਸਟੇਟਸ ਹੋਵੇ ਵੱਖਰਾ ਇਹਨਾਂ ਦਾ ਆਪਣਾ ਇੱਕ ਨਾਮ ਰੁਤਬਾ ਬਣੇ ਅਤੇ ਕੱਲ੍ਹ ਨੂੰ ਲੋਕ ਇਹਨਾਂ ਨੂੰ ਸ਼ੋਅ ਦੇ ਲਈ ਲਾਈਵ ਸ਼ੋਅ ਦੇ ਲਈ ਅਪਰੋਚ ਕਰਨ ਸੋ ਮੈਂ ਉਮੀਦ ਕਰਦਾ ਕਿ ਉਹਨਾਂ ਦਾ ਬਹੁਤ ਅੱਛਾ ਨਾਮ ਬਣੇ ਅਤੇ ਮੈਂ ਕੋਸ਼ਿਸ਼ ਵੀ ਕਰੂੰਗਾ ਉਹਨਾਂ ਨੂੰ ਮੇਰੇ ਨਾਲ ਸਟੇਜ ਸ਼ੋਅ ਲਾਉਣ ਮੇਰੇ ਨਾਲ ਸਟੇਜ 'ਚ ਪਰਫੋਰਮ ਕਰਨ ਅਤੇ ਉਹਨਾਂ ਦਾ ਅਲੱਗ ਮੁੱਲ ਪਵੇ ਪਰਮਾਤਮਾ ਉਹਨਾਂ ਦੀ ਮਿਹਨਤ ਨੂੰ ਰੰਗ ਭਾਗ ਲਾਵੇ ਕੋਸ਼ਿਸ਼ ਹੁੰਦੀ ਹੈ ਬਿਲਕੁਲ ਜੀ ਇਹਨੇ ਬਾਠ ਸਾਹਿਬ ਜਿਨ੍ਹਾਂ ਵੱਲੋਂ ਇੱਕ ਵੱਡਾ ਪਲੇਟਫਾਰਮ ਜਿਹੜਾ ਕਿ ਮੁੱਖ ਮੰਤਰੀ ਧਮਕ ਬੇਸ ਵਾਲੇ ਨੂੰ ਦਿੱਤਾ ਜਾ ਰਿਹਾ ਖੁੰਡ ਪੁਰਾਣੀ ਜਿਹੜਾ ਕਿ ਗਾਣਾ ਇਹਨਾਂ ਦਾ 20 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਔਰ ਉਸ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਰੈਪ ਜਿਹੜਾ ਕਿ ਮੁੱਖ ਮੰਤਰੀ ਨੇ ਉਹ ਪੇਸ਼ ਕੀਤਾ ਅਤੇ ਉਮੀਦ ਕਰਦੇ ਹਾਂ ਲੋਕਾਂ ਨੂੰ ਕਾਫੀ ਜ਼ਿਆਦਾ ਉਹ ਪਸੰਦ ਵੀ ਆਵੇਗਾ ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਦ ਬੰਦ ਜਦ ਉਟਾਉਣਾ ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 96435-0321